ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿਉਂਕਿ ਮੀਡੀਆ ਦਾ ਜੋ ਜ਼ਮਾਨਾ ਹੈ, ਇੰਟਰਨੈਟ ਦੇ ਉੱਤੇ ਸਾਰੇ ਵੇਖਦੇ ਹਾਂ ਕਿ ਜੋ ਹਾਲਾਤ ਚੱਲ ਰਹੇ ਆ। ਭਾਈ ਅੰਮ੍ਰਿਤਪਾਲ ਸਿੰਘ ਜੀ, ਪਹਿਲਾਂ ਵੀ ਗੁਰੂ ਕੀ ਸੰਗਤ ਜਦੋਂ ਉਹਨਾਂ ਨੇ ਖਾਲਸਾ ਵਹੀਰ ਕੱਢੀ ਆ ਅਤੇ ਆਪਣੇ ਨਗਰ ਜੋ ਸ਼ਹੀਦਾਂ ਦਾ ਨਗਰ ਹੀ ਸ਼ਹੀਦਾਂ ਦਾ ਵਾ ਅਤੇ ਆਪਣੇ ਸਾਰੇ ਨਗਰ ਨੇ ਬੜੀ ਉਦੋਂ ਸੰਗਤ ਨੂੰ ਜੀ ਆਇਆ ਆਖਿਆ, ਸਪੋਰਟ ਕੀਤੀ ਆ ਅਤੇ ਹੁਣ ਵੀ ਗੁਰੂ ਕੀ ਸੰਗਤ, ਭਾਵੇਂ ਜਦੋਂ ਪਹਿਲਾਂ ਸਮਾਂ ਸੀ ਆਪਾਂ ਸਾਰੇ ਕਿਸੇ ਨਾ ਕਿਸੇ ਸਰਕਾਰਾਂ ਦੇ ਨਾਲ ਜੁੜੇ ਸੀ, ਪਰ ਹੁਣ ਗੁਰੂ ਕੀ ਸੰਗਤ ਗੱਲ ਕੀ ਹੋ ਜਾਂਦੀ ਆ, ਸਰਕਾਰਾਂ ਇੱਕ ਪਾਸੇ ਰਹਿ ਜਾਂਦੀਆਂ ਅਤੇ ਜਿੱਥੇ ਬੰਦੇ ਦੀ ਅਣਖ ਦੀ ਗੱਲ ਆ ਜੇ ਉੱਥੇ ਫਿਰ ਆਪਾਂ ਕਿਸੇ ਸਰਕਾਰਾਂ ਦੇ ਗੁਲਾਮ ਨਹੀਂ ਆ, ਕਿਸੇ ਦੇ ਬੱਝੇ ਨਹੀਂ ਆ। ਅਤੇ ਕਿਉਂਕਿ ਅਣਖ ਗੁਰੂ ਸਾਹਿਬ ਨੇ ਸਿਖਾਇਆ ਕਿ ਆਪਾਂ ਨੂੰ ਅਣਖ ਵਿੱਚ ਇਹੋ ਹੀ ਇੱਕ ਕਾਣੇ ਆ, ਜੇ ਅਣਖ ਨਹੀਂ ਹੈਗੀ ਬੰਦੇ 'ਚ ਉਹ ਕੋਈ ਬੰਦਾ ਨਹੀਂ ਆ। ਕਿਉਂਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਕਾਹਦੇ ਲਈ ਦਿੱਤੀਆਂ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਰ ਪੁੱਤਰ ਆਪਣੇ ਕਿਤੇ ਪ੍ਰੋਪਰਟੀ ਬਣਾਉਣ ਲਈ ਥੋੜ੍ਹੀ ਵਾਰੇ ਆ, ਕਾਹਦੇ ਲਈ ਵਾਰੇ ਆ? ਅਣਖ ਕਾਇਮ ਰਹੇ ਇਹਨਾਂ ਲੋਕਾਂ ਦੀ। ਸੋ ਇਸ ਵਾਸਤੇ ਇਹ ਬੇਨਤੀ ਆ ਕਿ ਆਪਾਂ ਸਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਪੋਰਟ ਕਰਨੀ ਆ ਅਤੇ ਸਾਰੀ ਸੰਗਤ, ਬੇਸ਼ੱਕ ਆਪਾਂ ਨਾ ਥੋੜ੍ਹੀ ਮਾਨਸਿਕਤਾ ਜੋ ਆਪਣੀ ਬਣੀ ਆ ਕਿ ਆਪਾਂ ਕਿਸੇ ਨਾਲ ਵਿਗਾੜੀਏ ਨਾ, ਸਾਰਿਆਂ ਦੀ ਆ ਮੇਰੇ ਸਮੇਤ ਦੇ ਆਪਾਂ ਨੂੰ ਹੁੰਦਾ ਕਿ ਆਪਾਂ ਨਾ ਦੁਨਿਆਵੀ ਵਿਚਰਦੇ ਹਾਂ ਸੰਸਾਰ ਵਿੱਚ ਨਗਰ ਵਿੱਚ, ਇਹ ਨਾ ਹੋਵੇ ਅਸੀਂ ਵਿਗਾੜੀਏ ਨਾ ਇੱਕ ਦੂਜੇ ਨਾਲ, ਇਹ ਸੋਚ ਆ ਨਾ। ਪਰ ਗੁਰੂ ਕੀ ਸੰਗਤ ਹੁਣ ਵੇਖੋ ਇੰਨਾ ਕੁਝ ਆਪਣੇ ਸਾਹਮਣੇ ਹੋਣ ਡਿਆ, ਲੀਡਰਾਂ ਦੀ ਹਾਲਤ ਵੇਖੋ ਕੀ ਆ, ਇਹਨਾਂ ਇਹਨਾਂ ਜਿਹੜੀਆਂ ਪਾਰਟੀਆਂ ਨੇ ਇੱਕ ਬੰਦੇ ਨੂੰ ਤਿੰਨ ਤਿੰਨ ਵਾਰੀ ਐਮ ਪੀ ਬਣਾ ਦਿੱਤਾ ਘਰ ਭਰਤੇ ਉਹਨਾਂ ਦੇ, ਅਤੇ ਉਹਨੂੰ ਸ਼ਰਮ ਨਹੀਂ ਆਈ ਕਿ ਦੂਜੀ ਪਾਰਟੀ 'ਚ ਜਾਂਦੇ ਨੂੰ? ਅਤੇ ਆਪਣੇ ਲੋਕ ਜੇ ਕੋਈ ਦੂਸਰੀ ਪਾਰਟੀ ਵਾਲੇ ਨਾਲ ਜਾਂਦਾ ਬੰਦਾ ਤੁਰਿਆ ਫਿਰਦਾ, ਉਹਦਾ ਕੋਈ ਮਿੱਤਰ ਹੋ ਸਕਦਾ, ਜ਼ਰੂਰੀ ਨਹੀਂ ਉਹਨੂੰ ਵੋਟ ਪਾਉਣੀ ਹੋਵੇ, ਉਹਨੇ ਉਹਦਾ ਮਿੱਤਰ ਆ, ਉਹਨੇ ਮਿੱਤਰ ਦਾ ਨਾਂ ਛੱਡਣੀ ਹੋਊਗੀ, ਉਹ ਜ਼ਰੂਰੀ ਉਹਦੇ ਲਈ। ਅਤੇ ਆਪਾਂ ਇੱਕ ਦੂਜੇ ਨੂੰ ਬੁਲਾਉਣਾ ਹੀ ਛੱਡ ਦਿੰਦੇ, ਪੰਜ ਪੰਜ ਸਾਲ ਉਹਨੂੰ ਬੁਲਾਉਂਦਾ ਹੀ ਨਹੀਂ ਬੰਦਾ, ਇਹ ਤਾਂ ਦੂਜੀ ਪਾਰਟੀ ਦਾ ਬੰਦਾ ਵਾ। ਅਤੇ ਉਹਨਾਂ ਦੀ ਵੇਖੋ ਕਿੱਥੇ ਖਲੋਤੇ ਹੋ, ਤੁਹਾਨੂੰ ਇੰਨਾ ਮੂਰਖ ਉਦੋਂ ਦਾ ਬਣਾਇਆ ਆਪਾਂ ਸਾਰਿਆਂ ਨੂੰ ਕਿ ਆਪਾਂ ਉਸੇ ਪਾਰਟੀਆਂ ਨਾਲ ਬੱਜੇ ਪਏ ਹਾਂ ਕਿ ਇਹੋ ਹੀ ਸਾਡੀ ਪਾਰਟੀ ਆ, ਅਤੇ ਜ਼ੋਰ ਲਾ ਕੇ ਵੇਖ ਵੀ ਲਿਆ ਆਪਾਂ ਸਾਰਿਆਂ ਹੀ ਲਾਇਆ, ਹੁਣ ਇੱਥੇ ਗੁਰੂ ਘਰ ਬੈਠੇ ਆ, ਕੋਈ ਬੰਦਾ ਜਿੰਨਾ ਮਰਜ਼ੀ ਕਹੀ ਜਾਵੇ ਕਿ ਮੈਂ ਨਹੀਂ ਉਹਨਾਂ ਨੂੰ ਪਾਈ ਉਹਨੂੰ ਨਹੀਂ ਪਾਈ ਵੋਟ, ਬਹੁਤਿਆਂ ਲੋਕਾਂ ਨੇ ਪਾ ਕੇ ਬਦਲਾਅ ਲਿਆਂਦਾ ਕਿ ਅਸੀਂ ਬਦਲ ਦੇਣਾ ਹੈ ਕਿ ਹਾਲਾਤ ਬਦਲ ਦੇਣੇ ਆ, ਪਰ ਵੇਖਿਆ ਕੀ ਹੋਇਆ, ਜੇ ਗੁਰੂ ਕੀ ਸੰਗਤ ਬਾਕੀ ਜਿਹੜਾ ਆਪਾਂ ਵਿਕਾਸ ਵਿਕਾਸ ਕਹਿੰਦੇ ਹਾਂ ਨਾ, ਆਹ ਵਾ ਆਟਾ ਮਿਲ ਗਿਆ ਦਾਲਾਂ ਮਿਲ ਗਈਆਂ, ਇਹ ਕੋਈ ਵਿਕਾਸ ਨਹੀਂ ਹੁੰਦਾ, ਗਲੀਆਂ ਬਣਾ ਦਿਉ ਉਹ ਬਣਾ ਦਿਉ, ਪਰ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਆਟਾ ਖਾਣ ਵਾਲਾ ਹੀ ਨਹੀਂ ਹੈਗਾ ਤੇ ਕੀ ਕਰਨੇ ਆਟੇ ਤੁਸੀਂ? ਕਿਉਂਕਿ ਜੇ ਤੁਹਾਡੇ ਜਵਾਕ ਹੀ ਨਹੀਂ ਗਾੜੀ ਘਰਾਂ 'ਚ ਰਹਿਣ ਦੇਣੇ ਉਹਨਾਂ ਨੇ, ਹਾਲਾਤ ਇਹੋ ਜਿਹੇ ਬਣੇ ਆ, ਇੰਨਾ ਨਸ਼ਾ ਦੇ ਦੇ ਕੇ ਇੰਨਾ ਨਸ਼ਾ ਦਿਓ ਇਹਨਾਂ ਨੂੰ, ਖਤਮ ਕਰ ਦਿਉ ਨੌਜਵਾਨੀ ਨੂੰ। ਸੋ ਇਸ ਵਾਸਤੇ ਗੁਰੂ ਕੀ ਸੰਗਤ, ਇੱਕ ਤਾਂ ਸਾਰੀ ਸੰਗਤ ਦਾ ਧੰਨਵਾਦ, ਜਿੰਨੇ ਵੀ ਵੀਰ ਭਰਾ ਸਾਰੇ, ਕਿਉਂਕਿ ਕਿਸੇ ਨੇ ਕਹਿ ਕੇ ਨਹੀਂ ਕਿਸੇ ਨੂੰ ਲਿਆਂਦਾ, ਆਪੇ ਹੀ ਸਾਰਿਆਂ ਦੇ ਮਨ ਵਿੱਚ ਇਹ ਦਰਦ ਆ ਕਿ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੀ, ਕਿਉਂਕਿ ਉਹਦਾ ਕੀ ਨਿੱਜੀ ਇਹਦੇ ਵਿੱਚ ਹਿੱਤ ਕੀ ਆ, ਜਿਹੜਾ ਉਹਨੇ ਕੰਮ ਕੀਤਾ ਵਾ, ਹੈ ਨਾ, ਕੀ ਕੀਤਾ ਉਹਨੇ? ਦੋ ਹੀ ਕਾਰਜ ਕੀਤੇ ਆ, ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਦਾ ਯਤਨ ਕੀਤਾ ਅਤੇ ਦੂਜਾ ਗੁਰੂ ਸਾਹਿਬ ਨਾਲ ਜੋੜਿਆ, ਅੰਮ੍ਰਿਤ ਦੀ ਦਾਤ ਦੇ ਨਾਲ ਉਹਨੇ ਨੌਜਵਾਨ ਉਹਨਾਂ ਨੂੰ ਜੋੜਿਆ ਜਿਹੜੇ ਗੁਰੂ ਕੀ ਸੰਗਤ ਜੇ ਨਾ ਜੁੜਦੇ ਤਾਂ ਜੀਵਨ ਬਰਬਾਦ ਸੀਗਾ। ਇਸ ਵਾਸਤੇ ਹੋਰ ਉਹਨੇ ਗੁਨਾਹ ਕੀ ਕੀਤਾ ਵਾ, ਥਾਣੇ ਨੂੰ ਜਿਹੜਾ ਕਹਿੰਦੇ ਕਿ ਉਹ ਹਮਲਾ ਕਰਤਾ ਵਾ,
ਤੇ ਲੋਕਾਂ ਨੇ ਜਿਹੜੇ ਹੋਰ ਲੀਡਰਾਂ ਨੇ ਕੀ ਕੁਝ ਕੀਤੇ ਆ, ਉਹ ਹਮਲੇ ਨਹੀਂ ਹੁੰਦੇ ਜਿਹੜੇ ਘਰਾਂ ਚੋਂ ਬੰਦਿਆਂ ਨੂੰ ਚੁੱਕ ਕੇ ਲੈ ਜਾਣਾ, ਕੀ ਹਾਲਤ ਸੰਸਾਰ ਦੀ ਹੋਈ ਕੋਈ ਦੱਸਣ ਦੀ ਲੋੜ ਨਹੀਂ ਹੈਗੀ। ਸਾਰਿਆਂ ਨੂੰ ਇੰਟਰਨੈਟ ਤੇ ਰੋਜ਼ ਪਤਾ ਲੱਗਦਾ ਕੀ ਕੁੜੀਆਂ ਹਵਾਨੀਅਤ ਵਰਤਣ ਡਈ ਆ, ਕੀ ਕੁਝ ਹੋਣ ਡਿਆ ਵਾ, ਉਹ ਗੁਨਾਹ ਨਹੀਂ ਹੁੰਦੇ। ਤੇ ਜਿਹੜਾ ਥਾਣੇ ਤੇ ਜਾ ਕੇ ਕਹਿ ਦੋ ਹਮਲਾ ਕਰਤਾ ਇਹ ਕਰਤਾ, ਤੇ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਵੀ ਗੁਲਾਮੀ ਛੱਡੋ ਆਪਣੇ ਦਿਲ ਚੋਂ, ਤੇ ਇਹ ਨਾ ਸੋਚ ਕੇ ਬੈਠੋ ਕਿ ਅਸੀਂ ਬੜਾ ਲੰਮਾ ਸਮਾਂ ਜੀਣ ਲਈ ਆਏ ਹਾਂ, ਘਰ ਆਪਣੇ ਇੱਥੇ ਇੱਦਾਂ ਹੀ ਰਹਿ ਜਾਣੇ ਆ, ਕੁਝ ਪਤਾ ਨਹੀਂ ਲੱਗਣਾ ਬੰਦੇ ਦੀ ਜੀਵਨ ਦਾ ਕਿੰਨਾ ਕੁ ਪਤਾ ਵਾ, ਐ ਖੇਨ ਪਰ ਸਾਹ ਆਉਣਾ ਵਾ ਜਾਂ ਨਹੀਂ ਆਉਣਾ। ਪਰ ਗੁਰੂ ਸਾਹਿਬ ਨੇ ਜੋ ਆਪਾਂ ਨੂੰ ਸਮਝਾਇਆ ਵਾ, ਗੁਰੂ ਕੀ ਸੰਗਤ ਉਹ ਮੰਨੀਏ, ਅਣਖ ਜ਼ਰੂਰ ਰੱਖਿਆ ਕਰੋ ਵਿੱਚ। ਜਿੱਦਾਂ ਪਿਛਲੀ ਵਾਰੀ ਭਾਵੇਂ ਗੁਰੂ ਕੀ ਸੰਗਤ ਆਪਾਂ ਸਾਰੀ ਸੰਗਤ ਨੇ ਵੋਟਾਂ ਪਾਈਆਂ ਵੀ ਆ, ਬੀਬੀ ਖਾਲੜਾ ਦੀ ਸਪੋਰਟ ਕੀਤੀ ਆ, ਕਿਉਂਕਿ ਉਸ ਸਿੰਘ ਦੀ ਕੀ ਕੁਰਬਾਨੀ ਪਤਾ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ। ਜਦੋਂ ਮੰਨ ਲਓ ਕਿਸੇ ਦਾ ਕੋਈ ਘਰ ਨਾ ਆਵੇ ਵਾਰਸ, ਜਿੱਦਾਂ ਕੋਈ ਮਾਂ ਵਾ ਉਹਦਾ ਪੁੱਤ ਨਾ ਆਵੇ, ਤੇ ਜਿੰਨਾ ਚਿਰ ਗੁਰੂ ਕੀ ਸੰਗਤ ਆਪਾਂ ਨੂੰ ਉਹਦੀ ਲਾਸ਼ ਨਾ ਮਿਲ ਜੇ, ਹਨਾ, ਸਾਲ ਲੰਘ ਜੇ, 5 ਸਾਲ ਲੰਘ ਜਾਣ, ਕਦੀ ਆਪਾਂ ਉਹਦਾ ਸੰਸਕਾਰ ਮਨਾਉਂਦੇ ਹਾਂ ਕਿ ਉਹਦਾ ਮੌਤ ਹੋ ਗਈ ਹੋਊਗੀ, ਕੀ ਕਹਿੰਦੇ ਆ, ਕੀ ਪਤਾ ਕਿੱਥੇ ਹੋਵੇ, ਆ ਜਾਣਾ ਉਹਨੇ ਆ ਜਾਣਾ, ਹੈ ਨਾ, ਸਾਰੇ ਇਹੋ ਹੀ ਉਡੀਕਦੇ ਆ। ਭਾਈ ਆ ਉਹਨੇ ਜਿਹੜਾ ਭਾਈ ਜਸਵੰਤ ਸਿੰਘ ਜੀ ਖਾਲੜਾ ਵਾ, ਉਹਨਾਂ ਦੀ ਕੁਰਬਾਨੀ ਏਡੀ ਵੱਡੀ, ਤੇ ਉਹਨਾਂ ਨੇ ਕੀ ਕੀਤਾ, ਸਾਰੀਆਂ ਜਿੱਥੇ ਜਿੱਥੇ ਕਿਸੇ ਨੂੰ ਸਿੰਘ ਨੂੰ ਚੁੱਕ ਕੇ ਸ਼ਹੀਦ ਕਰ ਦਿੱਤਾ, ਮਾਰ ਦਿੱਤਾ, ਘਰਾਂ ਚੋਂ ਚੁੱਕ ਕੇ ਛੋਟੇ ਛੋਟੇ ਬੱਚੇ ਚੁੱਕ ਲਏ ਗਏ, ਕੋਈ ਕਸੂਰ ਨਹੀਂ ਉਹਨਾਂ, ਉਹ ਕਿਹੜੇ ਅੱਤਵਾਦੀ ਸੀ, ਤੇ ਗੁਰੂ ਕੀ ਸੰਗਤ ਉਹਨਾਂ ਨੂੰ ਜਾ ਕੇ ਸ਼ਹੀਦ ਕਰ ਦਿੱਤਾ। ਫਿਰ ਭਾਈ ਖਾਲੜਾ ਜੀ ਨੇ ਇੰਨਾ ਯਤਨ ਕੀਤਾ, ਉਹਨਾਂ ਨੂੰ ਲੱਭਿਆ, ਹਰ ਇੱਕ ਦਾ ਪਤਾ ਲੱਭਿਆ ਕਿੱਥੇ ਕਿਹਨੂੰ ਸ਼ਹੀਦ ਕੀਤਾ, ਕਦੋਂ ਕੀਤਾ। ਬਸ ਉਹਨੇ ਉਹਦਾ ਇਹੋ ਹੀ ਗੁਨਾਹ ਸੀ ਕਿ ਉਹਨੇ ਸਾਰੇ ਘਰ ਵਾਲਿਆਂ ਨੂੰ ਦੱਸ ਦਿੱਤਾ ਵੀ ਤੁਹਾਡਾ ਬੱਚਾ ਨਹੀਂ ਆਉਣਾ, ਨਾ ਡੀਕੋ, ਨਾ ਭੈਣਾਂ ਡੀਕਣ ਵੀਰਾਂ ਨੂੰ, ਬਸ ਇਹੋ ਹੀ ਗੁਨਾਹ ਸੀ ਨਾ। ਤੇ ਆਪਾਂ ਕਿੰਨਾ ਵਧੀਆ ਫਲ ਦਿੱਤਾ ਉਹਨਾਂ ਦੀ ਧਰਮ ਪਤਨੀ ਨੂੰ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਸਾਰੇ ਗਦਾਰ ਨਹੀਂ ਹੁੰਦੇ ਤੇ ਸਾਰੇ ਯੋਧੇ ਵੀ ਨਹੀਂ ਹੁੰਦੇ, ਇਹ ਇੱਦਾਂ ਹੀ ਵਿੱਚ ਰਲੇ ਮਿਲੇ ਹੁੰਦੇ ਆ। ਪਰ ਅਣਖ ਮਰ ਜਾਂਦੀ ਆ ਨਾ ਜਦੋਂ, ਫਿਰ ਉਦੋਂ ਆਪਾਂ ਆਪਣੀ ਅਣਖੀ ਜਦੋਂ ਗਵਾ ਲਈ, ਉਹ ਬੰਦਾ ਕਾਹਦਾ ਵਾ ਜਿਹਦੀ ਅਣਖੀ ਨਾ ਹੋਵੇ, ਉਹ ਤੋਂ ਚੰਗਾ ਮਰਿਆ ਹੀ ਚੰਗਾ ਉਹ ਬੰਦਾ। ਤੇ ਗੁਰੂ ਕੀ ਸੰਗਤ ਇੰਨੀ ਬਦਨਾਮੀ ਉਦੋਂ ਹੋਈ ਮਾਝੇ ਦੀ, ਆਪਣੇ ਇਲਾਕੇ ਦੀ, ਖਡੂਰ ਸਾਹਿਬ ਹਰ ਇੱਕ ਨਗਰ ਚੋਂ ਸ਼ਹੀਦ ਹੋਣ, ਤੇ ਉਹਨਾਂ ਸ਼ਹੀਦਾਂ ਦੇ ਵਾਰਸਾਂ ਨੇ ਕੀ ਚੰਦ ਚੜ੍ਹਾ ਤਾ, ਉਹਨੂੰ ਆਪਾਂ ਬੀਬੀ ਖਾਲੜਾ ਨੂੰ ਹਰਾ ਕੇ ਰੱਖਤਾ, ਉਹਨੂੰ ਕੀ ਲੋੜ ਪਈ ਵੋਟਾਂ 'ਚ ਖੜਨ ਦੀ, ਉਹਨੇ ਤਾਂ ਖੜੀ ਕਿ ਇਹ ਜਿਹੜੇ ਮੇਰੇ ਪਤੀ ਨੇ ਜੋ ਕੁਰਬਾਨੀ ਕੀਤੀ ਆ ਲੋਕਾਂ ਦੀ, ਸ਼ਾਇਦ ਉਹਨੇ ਇਹ ਮੁੱਲ ਪਾ ਲੈਣ, ਯਾਦ ਰੱਖ ਲੈਣ, ਹੋਰ ਉਹਨੇ ਤਨਖਾਹਾਂ ਦੀ ਉਹਨੂੰ ਭੁੱਖ ਨਹੀਂ ਹੈਗੀ ਕਿ ਉਹਨੇ ਤਨਖਾਹਾਂ ਲੈਣੀਆਂ, ਪੈਸੇ ਚਾਹੀਦੇ ਆ, ਬੜੀ ਮਦਦ ਹੁੰਦੀ ਆ, ਕੋਈ ਇਹੋ ਜਿਹੀ ਗੱਲ ਨਹੀਂ। ਤੇ ਇਹੋ ਹੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਆ, ਇੱਕ ਬੰਦਾ ਕਾਰੋਬਾਰ ਆਪਣਾ ਕਰਦਾ ਹੋਵੇ ਡੁਬਈ 'ਚ ਸੈੱਟ, ਮੇਰਾ ਕਾਰੋਬਾਰ ਸੈੱਟ ਹੋਵੇ ਮੈਂ ਤਾਂ ਛੱਡ ਕੇ ਆ ਹੀ ਨਹੀਂ ਸਕਦਾ, ਇਹ ਕੋਈ ਕੋਈ ਵਿਰਲਾ ਹੁੰਦਾ। ਗੁਰੂ ਕੀ ਸੰਗਤ ਕੁਰਬਾਨੀ ਸਾਰਿਆਂ ਦੇ ਹਿੱਸੇ 'ਚ ਨਹੀਂ ਆਉਂਦੀ, ਪਰ ਹਾਂ ਹੁਣ ਆਪਣਾ ਧਿਆਨ ਉਹਦੇ ਹੱਲਿਆ, ਸਾਰਿਆਂ ਦਾ ਧਿਆਨ ਆ ਕਿ ਇੱਕ ਲੀਡਰ ਹੈਗਾ ਵਾ, ਇੱਕ ਬੰਦਾ ਜਿਹੜਾ ਸਾਡੀ ਪੱਗ ਨੂੰ ਉੱਚਾ ਕਰਨ ਡਿਆ, ਤੇ ਜਿਹੜਾ ਵੀ ਆਪਣੇ ਸੰਸਾਰ ਦੇ ਵਿੱਚ ਸਿੱਖਾਂ ਦੀ ਪੱਗ ਦੀ ਲਾਜ ਰੱਖਦਾ, ਪੱਗ ਦਾ ਨਾਂ ਕਰਦਾ, ਉੱਚੀ ਪੱਗ ਕਰਦਾ, ਉਹਦੀ ਸਪੋਰਟ ਕਰਿਆ ਕਰੋ। ਜੇ ਇਹ ਚਾਹੁੰਦੇ ਆ ਕਿ ਘਰਾਂ 'ਚ ਇੱਦਾਂ ਹੀ ਹੱਸਦੇ ਵੱਸਦੇ ਰਹੀਏ, ਆਪਾਂ ਨੂੰ ਜੋ ਗੁਰੂ ਮਹਾਰਾਜ ਨੇ ਸੁੱਖ ਦਿੱਤੇ ਆ ਉਹ ਸੁੱਖ ਮੰਨਣੇ ਆ, ਤੇ ਬੱਚਿਆਂ ਨੂੰ ਹੱਸਦੇ ਖੇਡਦੇ ਜੇ ਵੇਖਣਾ ਚਾਹੁੰਦੇ ਆ, ਤੇ ਜੇ ਇਹ ਸੋਚਿਆ ਕੋਈ ਨਹੀਂ ਦੂਜੇ ਦਾ ਬੱਚਾ ਕਰਦਾ ਨਸ਼ਾ ਕਰੀ ਜਾਂਦੇ ਸਾਨੂੰ ਕੀ, ਤੇ ਇਹ ਗੁਰੂ ਕੀ ਸੰਗਤ ਕਦੀ ਨਹੀਂ ਹੁੰਦਾ ਕਿ ਅੱਗ ਲਾਗੇ ਲੱਗੀ ਹੋਵੇ ਤੇ ਲਾਗੇ ਸੁੱਕਾ ਘਾਹ ਜਾਂ ਹੋਰ ਕੁਝ ਸੁੱਕਾ ਪਿਆ ਹੋਵੇ ਤੇ ਅੱਗ ਲੱਗੇ ਨਾ, ਇਹ ਹੁੰਦਾ ਨਹੀਂ ਜੋ ਕਦੀ ਵੀ, ਸਾਰਿਆਂ ਨੂੰ ਪਤਾ ਵਾ। ਸੋ ਇਸ ਵਾਸਤੇ ਇਹ ਬੇਨਤੀ ਆ ਸਾਰੀ ਸੰਗਤ ਨੂੰ, ਜਿੰਨੀ ਵੀ ਸੰਗਤ ਆ,
ਕਹਿਣਾ ਤੇ ਚਾਹੀਦਾ ਹੀ ਨਹੀਂ ਵੈਸੇ, ਕਿਉਂਕਿ ਅਣਖੀ ਆਪਣੇ ਜਿਹੜੇ ਆਪਣਾ ਏਰੀਆ ਮਾਝਾ ਜਿਹੜਾ ਇਲਾਕਾ ਵਾ ਸੂਰਬੀਰਾਂ ਯੋਧਿਆਂ ਦਾ ਇਲਾਕਾ ਵਾ, ਪਰ ਜਿਹੜਾ ਆਪਾਂ ਉਹ ਸੋਚ ਲਿਆ ਨਾ ਸ਼ਾਇਦ ਜਿਹੜੇ ਲੀਡਰ ਆ ਜੇ ਉਹਨਾਂ ਦੀ ਦਿੱਤੀ ਰੋਟੀ ਅਸੀਂ ਖਾਣ ਡਏ ਹਾਂ ਉਹ ਭੁਲੇਖੇ 'ਚ ਪੈ ਗਏ ਆ ਕਿ ਉਹ ਸਾਨੂੰ ਆਟਾ ਦੇਣਗੇ ਦਾਲ ਦੇਣਗੇ, ਪਰ ਗੁਰੂ ਕੀ ਸੰਗਤ ਅਸਲ ਦੇ ਵਿੱਚ ਮੰਗਤੇ ਬਣਾ ਕੇ ਰੱਖਦਾ ਲੋਕਾਂ ਨੂੰ, ਸਾਰਿਆਂ ਲੋਕਾਂ ਨੂੰ ਚੰਗੀਆਂ ਭਲੀਆਂ ਜ਼ਮੀਨਾਂ ਅਤੇ ਬੰਦਾ ਜਾ ਕੇ ਲੈਣ 'ਚ ਖਲੋਤਾ ਮੰਗਦੇ ਦੀ ਤਰ੍ਹਾਂ ਦੇ ਦਿਓ ਕਣਕ ਜੀ, ਉਹਦੀ ਕੀ ਇੱਜ਼ਤ ਆ ਬਈ, ਕਾਹਦੀ ਕਾਹਦੀਆਂ ਉਹਦੀਆਂ ਸਰਦਾਰੀਆਂ ਤੁਹਾਨੂੰ ਮੰਗਤੇ ਬਣਾ ਕੇ ਰੱਖਤਾ, ਜ਼ਮੀਰ ਨੂੰ ਪੁੱਛੀਦਾ ਆਪਣੀ ਨੂੰ। ਹਾਂ ਜਿਹਦਾ ਨਹੀਂ ਕੁਝ ਹੈਗਾ, ਕੋਈ ਜਿਹਨੂੰ ਸਹਾਰਾ ਹੀ ਨਹੀਂ ਕੋਈ ਹੈਗਾ, ਉਹਦੇ ਲਈ ਠੀਕ ਆ ਜੋ ਮਰਜ਼ੀ ਲਵੇ ਖਾਵੇ ਤੇ, ਪਰ ਇੱਦਾਂ ਨਹੀਂ ਸਰਕਾਰਾਂ ਇਹ ਆ ਕਿ ਆਪਣੇ ਤੇ ਕੋਈ ਅਹਿਸਾਨ ਵੀ ਨਹੀਂ ਕਰਦੀਆਂ। ਇਹ ਨਾ ਕਿਆ ਕਰੋਗੀ ਉਹ ਆਟਾ ਦਿੰਦਾ ਉਹ ਦਾਲ ਦਿੰਦਾ ਉਹ ਦਿੰਦਾ, ਹੈ ਨਾ, ਅਹਿਸਾਨ ਕੋਈ ਨਹੀਂ ਕਰਦੀਆਂ। ਖੂਨ ਕਿੰਨਾ ਪੀਂਦੀਆਂ ਤੁਹਾਡਾ, ਹਰ ਇੱਕ ਚੀਜ਼ 'ਚੋਂ ਤੁਹਾਡੇ ਪੈਸੇ ਸਰਕਾਰ ਕੋਲ ਜਾਂਦੇ, ਹਰ ਚੀਜ਼ ਦੇ ਵਿੱਚੋਂ ਕੁਝ ਵੀ ਲੈਣਾ ਉਹਨਾਂ ਕੋਲ ਹਿੱਸਾ ਜਾਣਾ ਹੀ ਜਾਣਾ, ਉਹੋ ਹੀ ਪੈਸਾ ਤੁਹਾਨੂੰ ਦਿੰਦੇ ਆ। ਸੋ ਇਸ ਵਾਸਤੇ ਗੁਰੂ ਕੀ ਸੰਗਤ ਸਾਰੇ ਵੀਰਾਂ ਨੂੰ ਬੇਨਤੀ ਆ, ਸਾਡੇ ਨਗਰ ਦੇ ਹੈਗੇ ਆ ਵੀਰ ਨੌਜਵਾਨ ਵੀਰ, ਕੱਲ੍ਹ ਰਾਤੀ ਸਾਰਿਆਂ ਦੀ ਸਲਾਹ ਹੋਈ ਆ, ਫੋਨ ਵੀ ਆਏ ਵੀਰਾਂ ਦੇ, ਇਹਨਾਂ ਨੇ ਆਖਿਆ ਕਿ ਆਪਾਂ ਚੱਲਣਾ ਭਾਈ ਸਾਹਿਬ ਦੀ ਸਪੋਰਟ 'ਚ, ਅਤੇ ਅਸੀਂ ਆਖਿਆ ਅਸੀਂ ਤਾਂ ਅੱਗੇ ਹੀ ਨਾਲ ਆ, ਸਾਨੂੰ ਕਿਸੇ ਪਾਰਟੀ ਦਾ ਕੋਈ ਨਾ ਕਿਸੇ ਬੰਦੇ ਦਾ ਡਰ ਆ, ਸਾਨੂੰ ਡਰਾਉਣ ਵਾਲਾ ਗੁਰੂ ਸਾਹਿਬ ਉਹ ਅੰਦਰ ਬੈਠਾ ਜਿਹਦਾ ਸਾਨੂੰ ਭੈ ਆ, ਬੰਦੇ ਨਾਲ ਸਾਨੂੰ ਕਿਸੇ ਨਾਲ ਨਾ ਕੋਈ ਵਾਸਤਾ ਵਾ ਨਾ ਕੋਈ ਇਹ ਆ ਵੀ ਸਾਡੀ ਵਿਗੜ ਜਾਣੀ ਆ, ਸਾਡੇ ਕੰਮ ਆਊਗਾ, ਇੱਕੋ ਦਾਤਾ ਹੈਗਾ ਕੰਮ ਆਉਣ ਵਾਲਾ ਜਿਹੜਾ ਹਰ ਕੰਮ ਕੱਢਣ ਵਾਲਾ ਸਾਡਾ ਬੈਠਾ ਵਾ। ਅਤੇ ਇਸ ਵਾਸਤੇ ਸਾਰਿਆਂ ਨੂੰ ਇਹ ਬੇਨਤੀ ਆ ਕਿ ਆਪ ਵੀ ਕਮਜ਼ੋਰ ਨਾ ਹੋ ਅਤੇ ਗਾੜੀ ਆਉਣ ਵਾਲੇ ਬੱਚਿਆਂ ਨੂੰ ਵੀ ਗੁਰੂ ਕੀ ਸੰਗਤ ਇੱਦਾਂ ਦੇ ਨਾ ਬਣਾਈ ਜਾਓ ਕਿ ਜਿਨ੍ਹਾਂ ਦੇ ਵਿੱਚ ਬੋਲਣ ਦਾ ਦਮ ਹੀ ਖਤਮ ਹੋ ਜਾਵੇ, ਕਿਸੇ ਦੇ ਅੱਗੇ ਗੱਲ ਨਾ ਕਰ ਸਕਣ। ਇਹੋ ਸਰਕਾਰ ਆਉਂਦੀ ਸੀ, ਸਵਾਲ ਪੁੱਛਿਆ ਕਰੋ ਜਦੋਂ ਮੰਤਰੀ ਆਉਂਦੇ ਆ ਦੂਜੇ ਆਉਂਦੇ ਆ, ਸਵਾਲ ਪੁੱਛੋ ਗਾੜੀਆਂ ਅਤੇ ਆਪਣੀ ਵਾਰੀ ਜਦੋਂ ਹੁਣ ਸਵਾਲ ਪੁੱਛੀਦੇ ਆ ਉਦੋਂ ਕੀ ਹੋ ਜਾਂਦਾ, ਉਦੋਂ ਕਾਨੂੰਨ ਦੂਜਿਆਂ ਵਾਰੀ ਬਦਲ ਜਾਂਦਾ। ਸੋ ਇਹ ਜਿਹੜੀ ਦੋਗਲੀਆਂ ਨੀਤੀਆਂ ਨਾ ਸਰਕਾਰਾਂ ਦੀਆਂ, ਉਹ ਗੁਲਾਮੀ ਆ ਗੁਰੂ ਕੀ ਸੰਗਤ, ਜਿਹੜੀਆਂ ਸਰਕਾਰਾਂ ਵਾ ਸਾਰੀਆਂ ਉਹ ਗੁਲਾਮ ਆ। ਪੰਜਾਬ 'ਚ ਜਿਹੜੀ ਵੀ ਸਰਕਾਰ ਆਉਂਦੀ ਗੁਲਾਮੀ 'ਚ ਬੱਝ ਕੇ ਆਉਂਦੀ, ਸਾਰੇ ਸੌਦੇ ਹੋ ਕੇ ਫਿਰ ਆਉਂਦੇ ਆ। ਇਸ ਵਾਸਤੇ ਇਹਨਾਂ ਚੱਕਰਾਂ 'ਚ ਨਾ ਪਿਆ ਕਰੋ ਅਤੇ ਆਪਸ 'ਚ ਨਾ ਵਿਗਾੜਿਆ ਕਰੋ ਕਿ ਆਪਣੇ ਭੈਣ ਭਰਾ ਵਾ ਅਤੇ ਆਪਾਂ ਪੰਜ ਪੰਜ ਸਾਲ ਦਸ ਦਸ ਸਾਲ ਉਮਰ ਹੀ ਨਿਗਾ ਲੈਣੀ ਆ ਕਿ ਸਾਡਾ ਨਹੀਂ ਕੁਝ ਵੀ ਲੱਗਦਾ, ਇਹਨੇ ਵੋਟ ਨਹੀਂ ਸਾਡੇ ਬੰਦੇ ਨੂੰ ਪਾਈ ਅਤੇ ਤੁਹਾਡੇ ਬੰਦੇ ਨੇ 5 ਮਿੰਟ ਨਹੀਂ ਲਾਏ, MLA ਨਹੀਂ ਬਣਾਇਆ, ਉਹਨੂੰ ਟਿਕਟ ਨਹੀਂ ਦਿੱਤੀ, ਮਾਰੀ ਛਾਲ ਰਾਤ ਹੀ ਉੱਧਰ ਚਲ ਗਿਆ ਜੋ, ਅਤੇ ਤੁਹਾਡਾ ਕਿੱਥੇ ਗਈ ਆ ਤੁਹਾਡੀਆਂ ਜ਼ਮੀਨਾਂ। ਇਸ ਵਾਸਤੇ ਇਹਨਾਂ ਝੂਠੇ ਮੂਠੇ ਲੀਡਰਾਂ ਦੇ ਪਿੱਛੇ ਨਾ ਲੱਗੋ, ਹਾਂ ਜੇ ਲੱਗਣਾ ਵਾ ਅਤੇ ਗੁਰੂ ਸਾਹਿਬ ਦੇ ਪਿੱਛੇ ਲੱਗੋ, ਜੋ ਗੁਰੂ ਸਾਹਿਬ ਹੁਕਮ ਦਿੰਦੇ ਆ ਉਹ ਹੁਕਮ ਮੰਨਿਆ ਕਰੋ, ਅਤੇ ਜਿਹੜਾ ਕੋਈ ਵੀ ਸੱਚਾ ਸੁੱਚਾ ਬੰਦਾ ਵਾ ਸੱਚ ਦੇ ਨਾਲ ਖੜਿਆ ਕਰੋ, ਸਾਰੇ ਯਤਨ ਕਰਿਆ ਕਰੋ। ਸੋ ਮੇਰੀ ਇਹੋ ਅਪੀਲ ਆ ਸਾਰੇ ਵੀਰਾਂ ਭਰਾਵਾਂ ਨੂੰ, ਜਿੰਨੀ ਵੀ ਸੰਗਤ ਆਈ ਆ ਸਾਰੀ ਸੰਗਤ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਪੋਰਟ ਵਿੱਚ ਨਾਲ ਆ ਅਤੇ ਵੋਟਾਂ ਪਾਵਾਂਗੇ, ਤਗੜੇ ਹੋ ਕੇ ਨਾਲ ਉਹਦੀ ਆਪਾਂ ਸਪੋਰਟ ਕਰਾਂਗੇ, ਜਿਤਾਵਾਂਗੇ। ਜਿਹੜਾ ਦਾਗ ਲੱਗਾ ਵਾ ਕਿ ਮਾਝੇ ਵਾਲੇ ਗਦਾਰ ਆ, ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ, ਜਿਹੜੇ ਬੀਬੀ ਖਾਲੜਾ ਨੂੰ ਹਰਾ ਸਕਦੇ ਆ ਅਤੇ ਇਹਨਾਂ ਦੇ ਕੁਝ ਵੀ ਨਹੀਂ ਕਹਿ ਸਕਦੇ ਇਹਨਾਂ ਦੇ, ਉਹ ਦਾਗ ਗੁਰੂ ਕੀ ਸੰਗਤ ਹੁਣੀ ਮੌਕਾ ਵਾ ਲਾਉਣ ਦਾ, ਅਤੇ ਹੁਣ ਕਿਤੇ ਇਹ ਨਾ ਹੋਵੇ ਫਿਰ ਗਾਂ ਜਵਾਕ ਇਹੋ ਹੀ ਕਹਿੰਦੇ ਰਹਿਣ ਕਿ ਤੁਸੀਂ ਤਾਂ ਇੱਦਾਂ ਹੀ ਕਰ ਦਿੱਤਾ ਇਹ ਕੰਮ, ਫਿਰ ਉਹੋ ਹੀ ਬਣਾ ਦਿੱਤੀ ਖੇਡ, ਇਹ ਚੱਕਰ 'ਚ ਨਹੀਂ ਪੈਣਾ ਅਤੇ ਡਰਨਾ ਨਹੀਂ ਕਿਸੇ ਕੋਲੋਂ ਵੀ। ਇਹ ਭੁਲੇਖਾ ਨਾ ਰੱਖਿਆ ਕਰੋ ਕਿ ਸਾਡਾ ਕੰਮ ਕਿਸੇ ਨੇ ਵਿਗਾੜ ਦੇਣਾ ਵਾ, ਸਾਡੇ ਨਾਲ ਵਰਤੋਂ ਨਹੀਂ ਹੋਣੀ, ਇਹ ਭੁਲੇਖੇ 'ਚ ਨਾ ਪਾਓ। ਅੱਜ ਕੱਲ੍ਹ ਦਾ ਸਮਾਂ ਇੱਦਾਂ ਦਾ ਵਾ
ਕਿ ਜੇਕਰ ਤੁਸੀਂ ਆਪਣੇ ਧੀਆਂ ਪੁੱਤਰਾਂ ਨਾਲ ਵੀ ਤੁਹਾਡੀ ਸਹੀ ਡੀਲਿੰਗ ਨਹੀਂ ਤੇ ਗੁਰੂ ਕੀ ਸੰਗਤ ਉਹ ਵੀ ਕੰਮ ਨਹੀਂ ਆਉਂਦੇ ਤੇ ਦੂਜੇ ਬੰਦੇ ਦੀ ਆਸ ਤੇ ਤੁਸੀਂ ਛੱਡ ਹੀ ਦਿਓ ਕਿ ਸਾਡੇ ਕੰਮ ਆਜੂਗਾ। ਗੁਰੂ ਸਾਹਿਬ ਨੇ ਕੰਮ ਆਉਣਾ, ਗੁਰੂ ਦਾ ਭਰੋਸਾ ਰੱਖਿਆ ਕਰੋ, ਗੁਰੂ ਘਰ ਆਇਆ ਕਰੋ, ਨਾਮ ਜਪਿਆ ਕਰੋ, ਬਾਣੀ ਜਿੰਨੀ ਪੜ੍ਹ ਹੁੰਦੀ ਉਹ ਪੜ੍ਹਿਆ ਕਰੋ ਤੇ ਫਿਰ ਗੁਰੂ ਕੀ ਸੰਗਤ ਜ਼ਮੀਰ ਵੀ ਜਾਗਦੀ ਆ ਕਿਉਂਕਿ ਗੁਰੂ ਸਾਹਿਬ ਦੱਸਦੇ ਹੀ ਇਹ ਆ। ਗੱਲਾਂ ਕਰ ਲੈਣੀਆਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਇੱਥੋਂ ਜੋ ਕੁਝ ਮੈਂ ਬੋਲਦਾ ਬੜਾ ਸੌਖਾ ਕਹਿਣਾ, ਪਰ ਉਸ ਚੀਜ਼ 'ਤੇ ਜਦੋਂ ਖਲੋਣਾ ਪੈਂਦਾ ਵਾ ਉਦੋਂ ਫਿਰ ਲੱਤਾਂ ਭਾਰ ਨਹੀਂ ਚੱਲਦੀਆਂ, ਉਦੋਂ ਕੰਬਦਾ ਸਰੀਰ। ਇਸ ਵਾਸਤੇ ਗੁਰੂ ਸਾਹਿਬ ਕਿਰਪਾ ਉਹਨਾਂ ਹੀ ਕਰਨੀ ਆ ਪਿਆਰਿਓ, ਕਿਉਂਕਿ ਬੰਦੇ ਦੇ ਕਿਸੇ ਦੇ ਵੱਸ ਨਹੀਂ, ਬੰਦਾ ਮਾਇਆ ਦੇ ਪਿੱਛੇ ਆਪਾਂ ਸਭ ਦੌੜਦੇ ਹਾਂ, ਜ਼ਮੀਰ ਕੋਈ ਵਿਰਲਾ ਵਿਰਲਾ ਵਾ। ਅਤੇ ਜੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਇੱਦਾਂ ਦਾ ਇੱਕ ਸਿੰਘ ਹੈਗਾ ਵਾ ਜਿਹਨੇ ਆਪਣਾ ਸਭ ਕੁਝ ਤਿਆਗ ਕੇ ਜੇਲ੍ਹ ਦੇ ਵਿੱਚ ਬੈਠਾ ਵਾ, ਕਿੰਨਾ ਛੋਟੀ ਗੱਲ ਆ, ਅਤੇ ਬੰਦੇ ਨੂੰ ਚੁੱਕ ਕੇ ਆਪਾਂ ਆਸਾਮ ਦੀ ਜੇਲ੍ਹ 'ਚ ਸੁੱਟ ਦਈਏ। ਸੋ ਗੁਰੂ ਕੀ ਸੰਗਤ ਇੰਨਾ ਹੀ ਕਹਿੰਦੇ ਆ, ਸਾਰੀ ਸੰਗਤ ਦਾ ਧੰਨਵਾਦ ਜਿੰਨੀ ਵੀ ਸੰਗਤ ਆਈ ਆ। ਸੋ ਗੁਰੂ ਕੀ ਸੰਗਤ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਸਾਰੀ ਸੰਗਤ ਨੇ ਇਕੱਠੇ ਹੋ ਕੇ ਹੁਣ ਇੱਕ ਦੂਸਰੇ ਨੂੰ ਆਪਾਂ ਇਹੋ ਹੀ ਪ੍ਰੇਰਿਤ ਕਰਨਾ ਕਿ ਵੋਟ ਫਿਰ ਐਰਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਪਾਉਣੀ ਆ, ਤਾਂ ਜੋ ਦਾਗ ਜੋ ਲੱਗਾ ਵਾ ਗਦਾਰੀ ਦਾ ਉਹ ਮਿਟ ਸਕੇ। ਜੇਕਰ ਗੁਰੂ ਕੀ ਸੰਗਤ ਕੋਈ ਵਿਚਾਰ ਕਰਦੇ ਹਾਂ, ਕਿਉਂਕਿ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ, ਕੋਈ ਆਪਾਂ ਬੁਲਾਰੇ ਨਹੀਂ ਆ ਸੰਗਤਾਂ ਦੇ ਵਿੱਚ, ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਵਿਚਾਰ ਰੱਖ ਲਈਆ, ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ, ਗੁਰੂ ਸਾਹਿਬ ਅਤੇ ਸੰਗਤ ਬਖਸ਼ਣ ਯੋਗ ਆ। ਹੁਣ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।